ਦੇਖੋ ਜੀ ਆ ਬਾਈ ਨਾ ਪ੍ਰੋਟੈਸਟ ਕਰ ਰਿਹਾ ਆਪਣਾ ਫਾਰਮਿੰਗ ਦੇ ਲਈ। ਮੈਂ ਐਕਚੁਅਲੀ ਨਾ ਅੱਗੇ ਟੱਪ ਗਿਆ ਸੀ ਰੋਡ ਤੋਂ, ਮੈਂ ਮੁੜ ਕੇ ਆਇਆ ਤੇ ਬਾਈ ਦੇ ਕੋਲੇ ਨਾ ਪੋਸਟਰ ਆਪਣੇ ਚੱਕੇ ਹੋਏ ਨੇ ਤੇ ਆਪਾਂ ਰੋਕ ਕੇ ਬਾਈ ਨਾਲ ਗੱਲਬਾਤ ਕਰਦੇ ਆ ਯਾਰ। ਹਨਾ ਸਪੋਰਟ ਵਿਦ ਫਾਰਮਰ ਵਾਲੇ ਬਾਈ ਕੋਲੇ ਚੱਕੇ ਹੋਏ ਨੇ ਬੈਨਰ ਤੇ ਮੈਂ ਸੋਚਿਆ ਕਿਉਂ ਨਾ ਬਾਈ ਨਾਲ ਰੋਕ ਕੇ ਇੱਥੇ ਗੱਲਬਾਤ ਕੀਤੀ ਜਾਵੇ ਗੱਡੀ ਸਾਈਡ ਤੇ ਲਾ ਕੇ। ਆ ਜਾਓ ਫਿਰ ਆਪਾਂ ਤੁਹਾਨੂੰ ਬਾਈ ਨਾਲ ਮਿਲਾਉਂਦੇ ਹਾਂ ਇੱਧਰ। ਬਾਈ ਉਧਰ ਪਿੱਛੇ ਆ ਰਿਹਾ ਬੇਚਾਰਾ, ਪਤਾ ਨੀ ਕਿੱਥੋਂ ਚੱਲਿਆ ਵਿਆ ਤੇ ਦੇਖਦੇ ਆਪਾਂ ਬਾਈ ਨਾਲ ਗੱਲਬਾਤ ਕਰਕੇ ਵੀ ਬਾਈ ਦਾ ਕੀ ਮੋਟਿਵ ਆ, ਕਿੱਥੇ ਬਾਈ ਜਾ ਰਿਹਾ। ਮੈਂ ਇੱਥੇ ਹਮਿਲਟਨ ਸ਼ਹਿਰ ਦੇ ਕੋਲੇ ਮੋਰਨ ਸਵੇਰਾ ਟਾਊਨ ਪੈਂਦਾ ਉੱਥੇ ਸੀ ਆ, ਬਾਈ ਨਾਲ ਕਰਦੇ। ਬਾਈ ਜੀ ਕੀ ਹਾਲ ਚਾਲ ਆ ਜੀ? ਵਧੀਆ ਬਾਈ, ਤੁਸੀਂ ਦੱਸੋ। ਬਾਈ ਜੀ ਆਪਾਂ ਕੀ, ਬਾਈ ਕੀ ਤੁਹਾਡਾ ਮੋਟਿਵ ਹੈ, ਕਿੱਧਰ ਨੂੰ ਚੱਲੇ ਸੀਗੇ ਤੁਸੀਂ? ਆ ਪ੍ਰੋਟੈਸਟ ਮੈਂ ਦੇਖਿਆ ਤੁਹਾਡੇ ਹੱਥਾਂ ਦੀ ਯਾਰ, ਪਹਿਲਾਂ ਤਾਂ ਆਪਣੇ ਆ ਦਿਖਾਓ ਬਾਈ ਬੈਨਰ ਜਿਹੜੇ ਤੁਸੀਂ ਹੱਥ ਦੇ ਵਿੱਚ ਚੱਕੇ ਹੋਏ ਨੇ। ਵੀ ਸਟੈਂਡ ਵਿਦ ਫਾਰਮਰ, ਸਪੋਰਟ ਫਾਰਮਰ। ਅੱਛਾ ਬਾਈ ਜੀ ਕੀ ਨਾਂ ਕੀ ਆ ਤੁਹਾਡਾ ਜੀ? ਮਣੀ ਆ ਬਾਈ, ਮਣੀ। ਤਰੰਗੇ ਤੋਂ ਆਪਣੇ ਬਾਈ ਚੱਲਿਆ ਮੈਂ ਉੱਥੇ ਤੇ, ਮੰਨ ਲਓ ਇੱਥੇ 27-28 ਘੰਟੇ ਦਾ ਰਾਹ ਸੀਗਾ ਆਪਣਾ ਤੁਰ ਕੇ। ਅੱਛਾ ਕਿੱਥੇ ਚੱਲੇ ਹੋ ਤੁਸੀਂ ਟਰੰਗੇ ਤੋਂ? ਮਤਲਬ ਹਮਿਲਟਨ ਗੁਰਦੁਆਰਾ ਸਾਹਿਬ ਬਾਈ। ਅੱਛਾ ਅੱਛਾ ਜੀ ਬਾਈ, ਕਿਵੇਂ ਤੁਸੀਂ ਫਿਰ ਤੁਰ ਕੇ ਕਿਉਂ ਮਤਲਬ ਤੁਸੀਂ ਚੱਲੇ ਹੋ? ਤੁਰ ਕੇ ਬਾਈ ਆਹੀ ਮਤਲਬ ਬਾਈ, ਹੋਰ ਹਿਸਾਬ ਨਾਲ ਆਪਾਂ ਚਾਹੇ ਸੋਸ਼ਲ ਮੀਡੀਆ ਤੇ ਲਾ ਲਓ, ਉਸ ਹਿਸਾਬ ਨਾਲ ਤਾਂ ਆਪਾਂ ਸਾਰੀ ਕਰੀ ਜਾਂਦੇ ਹਾਂ ਗੱਡੀਆਂ ਤੇ। ਪਰ ਵੀ ਮੇਰਾ ਕਿਤੇ ਨਾ ਕਿਤੇ ਮਕਸਦ ਇਹ ਸੀਗਾ ਵੀ ਡਿਫਰੈਂਟ ਤਰੀਕੇ ਨਾਲ, ਨਾਲੇ ਤਾਂ ਸਾਰੇ ਲੋਕਾਂ ਨੂੰ ਜਿੰਨੇ ਜਾਂਦੇ ਆ ਗੱਡੀਆਂ ਤੇ ਉਹਨਾਂ ਨੂੰ ਪਤਾ ਲੱਗੇ ਹਨਾ, ਤੇ ਬਾਕੀ ਬਈ ਇਹੋ ਜਿਹੇ ਤਰੀਕੇ ਨਾਲ ਆਪਾਂ ਥੋੜਾ ਜਿਹਾ ਮਿਹਨਤੀ ਹਨਾ ਤੇ ਸਰੀਰ ਨੂੰ ਕਸ਼ਟ ਦੇਣ ਵਾਲਾ ਵੀ ਹੋਇਆ ਤੇ ਕਿਤੇ ਨਾ ਕਿਤੇ ਜਿਹੜੇ ਆਪਣੇ ਉੱਥੇ ਬੰਦੇ ਬੈਠੇ ਆ ਬਈ ਉਹਨਾਂ ਦਾ ਵੀ ਹੌਸਲਾ ਵਧਿਆ ਹਨਾ। ਬਾਕੀ ਬਈ ਜਿਹੜੇ ਆਪਣੇ ਵਿਰੋਧੀ ਆ ਉਹਨਾਂ ਦੇ ਵੀ ਇਹੋ ਜਿਹੇ ਵੀਡੀਓ ਜੇ ਕਿਤੇ ਬਈ ਹਜ਼ਾਰਾਂ ਦੇ ਹਿਸਾਬ ਨਾਲ ਇਹੋ ਜਿਹੀਆਂ ਵੀਡੀਓ ਜਾਣ ਹਨਾ, ਉਹਨਾਂ ਦਾ ਵੀ ਹੌਸਲਾ ਘਟੇ ਵੀ ਠੀਕ ਆ ਵੀ ਪੰਜਾਬੀ ਸੀਰੀਅਸ ਲਈ ਬੈਠਿਆ ਕੱਲਾ ਕੱਲਾ ਬੰਦਾ ਇਹਨਾਂ ਦਾ, ਚਾਹੇ ਪੰਜਾਬ ਚ ਲਾ ਲਓ ਉੱਥੇ ਤਾਂ ਤੁਹਾਨੂੰ ਪਤਾ ਹੀ ਆ ਵੀ ਅੱਧਾ ਪੰਜਾਬ ਉਹ ਕਰੀ ਜਾਂਦਾ ਹਨਾ ਬੈਠਾ ਉੱਥੇ, ਤੇ ਜਿਹੜੇ ਬਾਹਰ ਵੀ ਆ ਵੀ ਉਹਨਾਂ ਨੂੰ ਵੀ ਲੱਗੇ ਵੀ ਯਾਰ ਕੱਲਾ ਕੱਲਾ ਪੰਜਾਬੀ ਵੀ ਇਸੇ ਮੁੱਦੇ ਚ ਉਹ ਕਰੀ ਜਾਂਦਾ ਹਨਾ, ਉਹਨਾਂ ਦਾ ਵੀ ਉਹੀ ਬਾਈ। ਮੈਂ ਜਦੋਂ ਵਾਪਸ ਉੱਥੋਂ ਵਾਪਸ ਪਹਿਲਾਂ ਮੈਂ ਅੱਗੇ ਨਾ ਗਿਆ ਮੁੜ ਕੇ ਆ, ਮੈਂ ਕਿਹਾ ਯਾਰ ਬਾਈ ਆਪਣੇ ਵੀ ਮੈਂ ਦੇਖਿਆ ਵੀ ਪੰਜਾਬੀ ਲੱਗਦਾ ਵੀ ਬੈਨਰ ਹੱਥ ਦੇ ਵਿੱਚ ਫੜੇ ਆ ਵੀ ਨਿਊਜ਼ੀਲੈਂਡ ਦੇ ਵਿੱਚ ਬਾਈ ਪ੍ਰੋਟੈਸਟ ਇਦਾਂ ਦਾ ਵੀ ਤੁਰਕੇ ਕਿਉਂ ਕਰਦੇ ਬਾਈ ਆਪਣੇ ਹੁਣ, ਉਹ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਰਹੀ ਉਹਨਾਂ ਤੇ ਕਿਉਂ ਬਾਈ ਵੀਡੀਓ ਪਹੁੰਚਣ ਉਹਨਾਂ ਨੂੰ ਵੀ ਲੱਗੇ ਵੀ ਕੱਲਾ ਕੱਲਾ ਪੰਜਾਬੀ ਚੀਜ਼ ਨੂੰ ਸੀਰੀਅਸ ਲਈ ਬੈਠਾ ਵੀ ਜੇ ਆਪਾਂ ਪੰਜਾਬ ਚ ਵੜ ਵੀ ਗਏ ਉਹਨਾਂ ਨੂੰ ਵੀ ਲੱਗੇ ਆਪਣੇ। ਮੈਨੂੰ ਲੱਗਦਾ ਬਾਈ ਇਹ ਟਰੰਗੇ ਤੋਂ ਲੈ ਕੇ ਹਮਿਲਟਨ ਦਾ ਘੱਟੋ ਘੱਟ 100 ਕਿਲੋਮੀਟਰ ਦਾ ਏਰੀਆ ਤਾਂ ਹੋਊਗਾ ਯਾਰ। ਬਾਕੀ ਬਾਈ ਉੱਥੇ ਯਾਰ ਮੋਟਰਵੇ ਦੇ ਹਿਸਾਬ ਨਾਲ ਤਾਂ ਉਨੇ ਕ ਦਾ, ਬਾਕੀ ਹੁਣ 27-28 ਘੰਟਾ ਨੀ ਉੱਥੇ ਬਾਈ ਮੋਟਰਵੇ ਦੇ, ਉਹਨਾਂ ਪੁਲਿਸ ਵਾਲਿਆਂ ਨੇ ਮੈਨੂੰ ਤੁਰਨ ਦੀ ਇਜਾਜ਼ਤ ਨੀ ਦਿੱਤੀ, ਉਹ ਕਹਿੰਦੇ ਵੀ ਟ੍ਰੈਫਿਕ ਡਿਸਟਰਬ ਹੁੰਦੀ ਆ ਉੱਥੇ ਵੀ ਰੋਡ ਤੇ ਤੁਰਨ ਨੂੰ ਘੱਟ ਥਾਂ ਹੁੰਦਾ, ਤਾਂ ਕਰਕੇ ਉਹ ਪਿੰਡਾਂ ਖੇਤਾਂ ਵਿਚ ਦੀ ਤੇ ਪਹਾੜਾਂ ਵਿਚ ਦੀ ਉਧਰ ਦੀ ਰਸਤਾ ਸੀਗਾ ਵਾਕ ਵੀ ਬਾਈ ਉਧਰ ਦੀ, ਉਹਨਾਂ ਨੇ ਕਿਹਾ ਵੀ ਉਧਰ ਦੀ ਤੂੰ ਜਾ ਸਕਦਾ ਤਾਂ ਜਾ ਲਾ ਫਿਰ ਬਾਈ, ਮੈਂ ਉਧਰ ਦੀ ਆ ਗਿਆ ਤੇ ਹੁਣ ਇਧਰ ਖੇਤਾਂ ਵਿਚ ਦੀ ਤੇ ਪਹਾੜਾਂ ਵਿਚ ਦੀ ਉਧਰ ਦੀ ਰਸਤਾ ਸੀਗਾ ਵਾਕ ਵੀ ਬਾਈ ਉਧਰ ਦੀ, ਉਹਨਾਂ ਨੇ ਕਿਹਾ ਵੀ ਉਧਰ ਦੀ ਤੂੰ ਜਾ ਸਕਦਾ ਤਾਂ ਜਾ ਲਾ ਫਿਰ ਬਾਈ, ਮੈਂ ਉਧਰ ਦੀ ਆ ਗਿਆ ਤੇ ਹੁਣ ਇਧਰ ਇੰਨੀ ਟ੍ਰੈਫਿਕ ਹੈ ਨੀ। ਹੁਣ ਮੈਂ ਉਹਨਾਂ ਤੋਂ ਐਨਜੀਟੀ ਵਾਲੇ ਆ ਰੋਡ ਵਾਲੇ ਉਹਨਾਂ ਨੂੰ ਫੋਨ ਕਰਕੇ ਪੁੱਛਿਆ, ਉਹ ਕਹਿੰਦੇ ਵੀ ਤੁਸੀਂ ਤੁਰ ਸਕਦੇ ਹੋ। ਬਾਕੀ ਬਾਈ ਬਾਕੀ ਸਾਰਿਆਂ ਨੂੰ ਬਾਈ ਬੇਨਤੀ ਆ ਹਨਾ ਵੀ ਬਾਈ ਉਹਨਾਂ ਦਾ ਆਪਾਂ ਕੰਮ ਠੰਡਾ ਨਾ ਪੈਣ ਦਈਏ, ਕੰਮ ਆਪਣਾ ਹੁਣ ਸਿਰੇ ਵੀ ਆਇਆ ਪਿਆ ਗਾ, ਕਹਿੰਦੇ ਵੀ 26 ਤਰੀਕ ਤੋਂ ਪਹਿਲਾਂ 90% ਆਏ। ਤੁਹਾਨੂੰ ਬਾਈ ਕੀ ਲੱਗਦਾ ਫਿਰ ਆਪਣਾ ਕੀ ਬਣੂ ਉੱਥੇ, ਮਤਲਬ ਵੀ ਕਿਸਾਨਾਂ ਦਾ? ਨਹੀਂ ਬਾਈ ਉੱਥੋਂ ਤਾਂ ਬਣੀ ਪਿਆ ਪੰਜਾਬ ਵਾਲੇ ਬੰਨੀ ਤੋਂ ਬਾਈ, ਗਰਨਾ ਗੱਡੀ ਬੈਠਿਆ ਉਹ ਤਾਂ ਤੁਹਾਨੂੰ ਪਤਾ ਹੀ ਆ ਹਨਾ, ਤੇ ਵੀ ਬਸ ਆ ਬਈ ਬਾਹਰੋਂ ਜਿਹੜੀ ਸਪੋਰਟ ਜਾ ਰਹੀ ਵੀ ਆਪਾਂ ਕਿਸੇ ਵੀ ਲੋਟ ਵੀ ਪੈਸੇ ਵੱਲੋਂ ਚਾਹੇ ਦੂਜੀ ਲੋਟ ਵੀ ਆਪਾਂ ਘੱਟ ਨੀ ਦੇਣੀ, ਤਾਂ ਵੀ ਹਾਲ ਆਪਾਂ ਜਿੱਤੇ ਦਾ ਬੈਠੀ ਵੀ ਆਪਾਂ ਇਧਰੋਂ ਦਾ ਸਪੋਰਟ ਆਪਣੀ ਘੱਟ ਰੱਖੀ। ਅੱਛਾ ਬਾਈ ਫਿਰ ਤੁਸੀਂ ਏਡਾ ਬੈਗ ਚੱਕਿਆ ਨਾਲ, ਇਹਦੇ ਚ ਕੀ ਕੀ ਸਮਾਨ ਨਾਲ ਲੈ ਕੇ ਚੱਲੇ ਫਿਰ ਉੱਥੋਂ ਬਾਈ? ਪੀਣੋ ਬਾਈ ਪਾਣੀ ਆ, ਪਾਣੀ ਮੇਨ ਹਨਾ, ਤੇ ਬਾਕੀ ਵੀ ਰਜਾਈ ਹੈਗੀ, ਕਈ ਵਾਰੀ ਚੱਕਰ ਪੈ ਜਾਂਦਾ ਮਤਲਬ ਉਹਦਾ ਬਿਮਾਰ ਹੋ ਗਿਆ ਰੈਸਟ ਕਰ ਰਹੀ ਆ ਹਨਾ, ਤਾਂ ਕਿ ਬਾਈ ਰਜਾਈ ਵੀ ਰੱਖੀ ਆ। ਬਾਕੀ ਚਾਰਜਰ ਚੂਰਜਰ ਹੋ ਗਏ, ਪਾਵਰ ਬੈਂਕਾਂ ਹੋ ਗਈਆਂ, ਉਹ ਸਾਰਾ ਸਮਾਨ ਮਤਲਬ ਐਵੇਂ, ਕਈ ਵਾਰ ਖੇਤਾਂ ਖੁਤਾਂ ਚ ਰੇਂਜ ਨੀ ਹੁੰਦੀ, ਜ਼ਰੂਰਤ ਹੁੰਦੀ ਆ ਬੰਦੇ ਨੂੰ, ਤਾਂ ਕਰਕੇ ਉਹ ਰੱਖਿਆ ਬਈ, ਪਾਣੀ ਹੋ ਗਿਆ, ਬਾਕੀ ਬਈ ਕੇਲੇ ਕੁਲੇ ਰੱਖਿਆ ਖਾਣ ਪੀਣ ਨੂੰ ਸਮਾਨ ਹੋਰ ਹੋ ਗਿਆ ਸਾਰਾ। ਇੰਡੀਆ ਤੋਂ ਬਾਈ ਫਿਰ ਕਿੱਥੋਂ ਹੋ ਤੁਸੀਂ? ਇੰਡੀਆ ਬਾਈ ਬਠਿੰਡਾ ਬਈ, ਜਿਲ੍ਹਾ ਬਠਿੰਡਾ ਪਿੰਡ। ਹਾਂਜੀ ਬਾਈ। ਅੱਛਾ ਅੱਛਾ, ਪੂਰਾ ਆਪਣਾ ਭੁੱਚੋ ਮੰਡੀ ਕੋਲੇ ਪਿੰਡ ਆ ਬਈ। ਚਲੋ ਬਾਈ ਬਹੁਤ ਵਧੀਆ ਲੱਗਿਆ ਯਾਰ ਤੁਹਾਨੂੰ ਮਿਲ ਕੇ। ਆ ਬਾਈ ਵਿਚਾਰਾ ਫੇਰ ਆਪਣੀ ਮੰਜ਼ਿਲ ਵੱਲ ਨੂੰ ਤੁਰ ਪਿਆ ਯਾਰ, ਤੇ ਬਾਈ ਨਾਲ ਆਪਾਂ ਗੱਲਬਾਤ ਕੀਤੀ ਸੀ, ਬੜਾ ਵਧੀਆ ਲੱਗਿਆ ਯਾਰ। ਬਾਈ ਵਿਚਾਰਾ ਤੁਰ ਕੇ ਜਾ ਰਿਹਾ, ਕਿੰਨੀ ਦੂਰ ਤੋਂ ਚੱਲਿਆ ਹੋਇਆ, ਮਤਲਬ ਨਿਊਜ਼ੀਲੈਂਡ ਦੇ ਵਿੱਚ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਕਰਨਾ ਬੜੀ ਵੱਡੀ ਗੱਲ ਹੈ। ਬਾਕੀ ਇਹ ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ, ਇਹ ਕੱਲੇ ਉਹਨਾਂ ਦਾ ਨਹੀਂ ਫਰਜ਼ ਜਿਹੜੇ ਵਿਚਾਰੇ ਕਿਸਾਨ ਆਪਣੇ ਦਿੱਲੀ ਬੈਠੇ ਆ ਜਾਂ ਜਿਨ੍ਹਾਂ ਦੀ ਸ਼ਹੀਦੀ ਹੋ ਚੁੱਕੀ ਹੈ, ਕੱਲੇ ਉਹਨਾਂ ਦਾ ਫਰਜ਼ ਨਹੀਂ। ਆਪਾਂ ਵੀ ਜਿਹੜੇ ਕਿਸਾਨ ਭਰਾਵਾਂ ਦੇ ਪੁੱਤ ਧੀ ਆ ਜਾਂ
सारे उन्हों का भी फर्ज बनता यार भी ये भरावान की सपोर्ट करिए ना कि ये भरा बई ने मैनू दसिया भी बई कहना यार कई बंद नैगेटिव भी कर देंगे बई भी तेरा इतने प्रोटेस्ट करना की बई कहना पर अपनी श्रद्धा सी यार भी आप प्रोटेस्ट करके दिखाईए यार उ बाकी भी यार असि थोड़े नाल है थोड़ी सपोर्ट के बिच है कहना बाकी तुसी देख लो बई तुसी व्यू दस्यो आपदे थोनू किवें लग्या बई का प्रोटेस्ट चलो जी किसान एकता जिंदाबाद।